ਜੰਗਲਾਂ ਅਤੇ ਜੀਵਾਂ ਦਾ ਬਹੁਤ ਨੇੜੇ ਦਾ ਸਬੰਧ ਹੈ ਜੰਗਲ ਜੀਵ ਵਿਭਿੰਨਤਾ ਦੇ ਅਥਾਹ ਸੌਮੇ ਹਨ ਜੰਗਲ ਉਹ ਖੇਤਰ ਹਨ ਜਿੱਥੇ ਰੁੱਖਾਂ ਅਤੇ ਜੀਵ ਜੰਤੂਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਵੇਖਣ ਨੂੰ ਮਿਲਦੀਆਂ ਹਨ ਇੱਥੇ ਜੀਵਾਂ ਦੇ ਕਈ ਤਰ੍ਹਾਂ ਦੇ ਸਰੂਪ ਮਿਲਦੇ ਹਨ ਜਿਵੇਂ ਕਿ ਜੀਵਾਣੂ ਉੱਲੀ ਫਰੰਗ ਦੇ ਪੌਦੇ ਫੁੱਲਦਾਰ ਪੌਦੇ ਪਰਜੀਵੀ ਭਾਪ ਪੈਰਾਸਾਈਟ ਕੀਟ ਪਤੰਗੇ ਪੰਛੀ ਅਤੇ ਰਿੰਗਣ ਵਾਲੇ ਜੀਵਾ ਆਦਿ ਇਹ ਸਭ ਜੀਵ ਆਪਸ ਵਿੱਚ ਹੀ ਇੱਕ ਦੂਜੇ ਦੀਆਂ ਜੀਵਨ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਦੇ ਹਨ ਮਨੁੱਖ ਦੁਆਰਾ ਆਪਣੇ ਸਵਾਰਥ ਖਾਤਰ ਲੱਕੜ ਲੈਣ ਲਈ ਇੱਕ ਖੇਤਰ ਵਿੱਚ ਇੱਕੋ ਹੀ ਤਰ੍ਹਾਂ ਦੇ ਰੁੱਖ ਲਾਉਣ ਜਿਵੇਂ ਕਿ ਪੋਪਲਰ ਜਾਂ ਸਫੈਦਾ ਜੋ ਕਿ ਆਸਟ੍ਰੇਲੀਆਈ ਰੁੱਖ ਹੈ ਲਾਉਣ ਨਾਲ ਜੀਵ ਵਿਭਿੰਨਤਾ ਖਤਮ ਹੋ ਜਾਂਦੀ ਹੈ ਇੱਕ ਹੀ ਪ੍ਰਜਾਤੀ ਦੇ ਰੁੱਖ ਵੱਖ-ਵੱਖ ਜੀਵ ਪ੍ਰਜਾਤੀਆਂ ਦੇ ਵਧਣ-ਫੁੱਲਣ ਲਈ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ ਜੋ ਵੱਖ-ਵੱਖ ਬਨਗੀਆਂ ਵਾਲੇ ਰੁੱਖ ਪੂਰਾ ਕਰ ਸਕਦੇ ਹਨ ਵਿਭਿੰਨਤਾ ਖਤਮ ਹੋਣ ਨਾਲ ਵਾਤਾਵਰਣਕ ਸਥਿਰਤਾ ਵੀ ਖਤਮ ਹੋ ਸਕਦੀ ਹੈ ਜੋ ਮਨੁੱਖ ਲਈ ਘਾਤਕ ਸਿੱਧ ਹੋ ਸਕਦੀ ਹੈ ਵਿਰਸੇ ਵਿਜਮੇ ਲਈ ਇਸ ਵਿਪਿੰਤਾ ਦੀ ਸੰਭਾਲ ਕਰਨਾ ਹਰ ਮਨੁੱਖ ਦਾ ਫਰਜ਼ ਹੈ ਜੰਗਲਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਇਹਨਾਂ ਦੇ ਕਈ ਦਾਵੇਦਾਰ ਹਨ ਪਹਿਲੇ ਉਹ ਲੋਕ ਜੋ ਜੰਗਲਾਂ ਵਿੱਚ ਜਾ ਇਹਨਾਂ ਦੇ ਨੇੜੇ ਰਹਿੰਦੇ ਹਨ ਅਤੇ ਆਪਣੀਆਂ ਮੁਕੰਮਲ ਲੋੜਾਂ ਲਈ ਇਹਨਾਂ ਤੇ ਨਿਰਭਰ ਕਰਦੇ ਹਨ ਦੂਜੇ ਸਰਕਾਰੀ ਜੰਗਲਾਤ ਵਿਭਾਗ ਜੋ ਜੰਗਲਾਂ ਤੋਂ ਮਿਲਣ ਵਾਲੇ ਸਾਧਨਾਂ ਦੀ ਨਿਗਰਾਨੀ ਰੱਖਦੇ ਹਨ ਤੀਜੇ ਉਦਯੋਗਪਤੀ ਜੋ ਕਾਗਜ਼ ਲੱਕੜ ਦਾ ਸਾਜੋ-ਸਮਾਨ ਅਤੇ ਹੋਰ ਉਤਪਾਦ ਬਣਾਉਣ ਲਈ ਜੰਗਲੀ ਰੁੱਖਾਂ ਤੇ ਪੌਦਿਆਂ ਦੀ ਵਰਤੋਂ ਕਰਦੇ ਹਨ ਜੋਥੇ ਜੰਗਲਾਂ ਨੂੰ ਪਿਆਰ ਕਰਨ ਵਾਲੇ ਅਤੇ ਕੁਦਰਤ ਸਨੇਹੀ ਲੋਕ ਜੋ ਕੁਦਰਤ ਦੀ ਸੰਭਾਲ ਕਰਨਾ ਚਾਹੁੰਦੇ ਹਨ ਅਤੇ ਇਸ ਨਾਲ ਛੇੜਛਾੜ ਦਾ ਵਿਰੋਧ ਕਰਦੇ ਹਨ ਜੰਗਲ ਇਹਨਾਂ ਸਾਰੇ ਦਾਵੇਦਾਰਾਂ ਸਮੇਤ ਹਰ ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਜੰਗਲਾਂ ਤੋਂ ਫਲ ਗਿਰਿਆ ਮੇਵੇ ਆਯੁਰਵੈਦਿਕ ਦਵਾਈਆਂ ਪਸ਼ੂਆਂ ਲਈ ਚਾਰਾ ਅਤੇ ਹੋਰ ਬਹੁਤ ਉਪਜੋਗੀਆਂ ਚੀਜ਼ਾਂ ਮਿਲਦੀਆਂ ਹਨ ਬੇਸ਼ੁਮਾਰ ਫਾਇਦੇ ਹੋਣ ਦੇ ਬਾਵਜੂਦ ਜੰਗਲ ਕਿਉਂ ਕੱਟੇ ਜਾ ਰਹੇ ਹਨ ਧਰਤੀ ਬੰਜਰ ਕਿਉਂ ਹੋ ਰਹੀ ਹੈ ਵੇਲੇ-ਕਿਵਲੇ ਮੀਂਹ ਕਿਉਂ ਵਰਦਾ ਹੈ ਸੋਕਾ ਕਿਉਂ ਪੈਂਦਾ ਹੈ ਉਪਜਾਊ ਮਿੱਟੀ ਕਿਉਂ ਖੁਰਦੀ ਹੈ ਨਾਪੋਲੋ ਕੀ ਜੰਗਲ ਆਕਸੀਜਨ ਅਤੇ ਸਾਫ਼ ਹਵਾ ਦਾ ਮੁੱਖ ਸਰੋਤ ਹਨ ਜਿਸ ਤੋਂ ਬਿਨਾ ਜੀਵਨ ਅਸੰਭਵ ਹੈ ਜੰਗਲਾਂ ਦੀ ਕਟਾਈ ਲਈ ਮਨੁੱਖੀ ਅਤੇ ਕੁਦਰਤੀ ਕਾਰਕ ਜ਼ਿੰਮੇਵਾਰ ਹਨ ਕਰਾਂ ਦੇ ਨਿਰਮਾਣ ਲਈ ਲੋੜੀਂਦੀ ਮਾਰਤੀ ਲੱਕੜ ਜੰਗਲੀ ਰੁੱਖਾਂ ਨੂੰ ਵੱਢ ਕੇ ਹਾਸਲ ਕੀਤੀ ਜਾਂਦੀ ਹੈ ਖੇਤੀਬਾੜੀ ਅਤੇ ਕਾਰਖਾਨੇ ਲਗਾਉਣ ਲਈ ਜ਼ਮੀਨ ਦੀ ਤਿਆਰੀ ਵਾਸਤੇ ਸੰਚਾਰ ਲਈ ਤਾਰਾ ਵਿਛਾਉਣ ਅਤੇ ਸੜਕਾ ਬਣਾਉਣ ਲਈ ਜੰਗਲ ਕੱਟਣ ਇਹ ਸਭ ਮਨੁੱਖੀ ਕਾਰਕ ਹਨ ਜੰਗਲੀ ਅੱਗਾਂ ਅਤੇ ਸੋਕਾ ਪੈਣਾ ਕੁਦਰਤੀ ਕਾਰਕ ਹਨ ਜੰਗਲਾਂ ਦੀ ਕਟਾਈ ਕਰਨ ਦੇ ਬੁੜੇ ਨਤੀਜੇ ਭੁਗਤਨੇ ਪੈ ਸਕਦੇ ਹਨ ਜਿਵੇਂ ਕਿ ਵਾਤਾਵਰਣ ਤੇ ਮੌਸਮੀ ਤਬਦੀਲੀ ਵਾਤਾਵਰਣ ਪ੍ਰਦੂਸ਼ਣ ਵੱਡੀ ਗਿਣਤੀ ਵਿੱਚ ਪੌਦਿਆਂ ਦੀ ਤਬਾਹੀ ਜਾਨਵਰਾਂ ਦਾ ਆਪਣੇ ਸਧਾਰਨ ਬਸੇਰੇ ਛੱਡਣ ਲਈ ਮਜਬੂਰ ਹੋਣਾ ਮਾਹੌਲ ਦਾ ਵਿਗਾੜ ਕੁਦਰਤ ਵਿੱਚ ਪਾਣੀ ਦੇ ਚੱਕਰ ਦਾ ਵਿਗਾੜ ਅਤੇ ਮਿੱਟੀ ਦੀ ਤਬਾਹੀ। ਜੰਗਲ ਕਾਰਬਨ ਡਾਈਆਕਸਾਈਡ ਵਰਗੀਆਂ ਹਰਾਕਰ ਗੈਸਾਂ ਨੂੰ ਸੋਖ ਕੇ ਆਲਮੀ ਤਪਸ਼ ਘਟਾਉਂਦੇ ਹਨ ਅਤੇ ਆਕਸੀਜਨ ਦਾ ਨਿਰਮਾਣ ਕਰਦੇ ਹਨ। ਜੰਗਲਾਂ ਦੀ ਨਿਯਮਤ ਕਟਾਈ ਨਾਲ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨਆਕਸਾਈਡ ਵਿੱਚ ਵਾਧਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੱਧਦਾ ਹੈ। ਜੰਗਲਾਂ ਦੀ ਕਟਾਈ ਨਾਲ ਕੁਦਰਤੀ ਸੰਤੁਲਨ ਵਿਗੜਦਾ ਹੈ। ਢਲਿੰਦੇ ਸਮੇਂ ਦੇ ਮੀਂਹ ਕੱਟ ਜਾਂਦੇ ਹਨ ਜਿਸ ਨਾਲ ਜ਼ਮੀਨ ਦੋਜ਼ ਭਾਵ ਜ਼ਮੀਨ ਅੰਦਰਲੇ ਪਾਣੀ ਦਾ ਪੱਧਰ ਨੀਵਾ ਹੋ ਜਾਂਦਾ ਹੈ। ਪਾਣੀ ਨਾ ਮਿਲਣ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਹੈ। ਪਾਣੀ ਦੀ ਘਾਟ ਨਾਲ ਸੋਕੇ ਦੀ ਸੰਭਾਵਨਾ ਵੱਧ ਜਾਂਦੀ ਹੈ। ਕੁਦਰਤੀ ਸੰਤੁਲਨ ਵਿਗੜਨ ਨਾਲ ਬੇਲੋੜੇ ਅਤੇ ਬੇਮੌਸਮੀ ਮੀਂਹ ਅਤੇ ਹੜ੍ਹਾਂ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਹੜ੍ਹਾਂ ਦੇ ਤੇਜ਼ ਵਗਦੇ ਪਾਣੀ ਨਾਲ ਮਿੱਟੀ ਦੀ ਉੱਪਰਲੀ ਉਪਜਾਊ ਪਰਤ ਵਹਿ ਜਾਣ ਨਾਲ ਇਸ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ। ਜੰਗਲ ਕੁਦਰਤੀ ਤੌਰ ਤੇ ਜੰਗਲੀ ਜੀਵਾਂ ਦਾ ਘਰ ਹਨ ਇੱਥੇ ਇਹ ਜੀਵ ਸੁਰੱਖਿਅਤ ਰਹਿੰਦੇ ਹਨ ਕਿਉਂਕਿ ਬਾਹਰ ਉਹਨਾਂ ਨੂੰ ਬਹੁਤ ਸਾਰੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੰਗਲਾਂ ਦੀ ਕਟਾਈ ਨਾਲ ਜੀਵ ਜੰਤੂਆਂ ਦੀਆਂ ਆਮ ਅਤੇ ਖਾਸ ਜਾਂ ਵਿਰਲੀਆਂ ਪ੍ਰਜਾਤੀਆਂ ਦੇ लुप्त ਹੋਣ ਦਾ ਡਰ ਹੈ ਰੁੱਖਾਂ ਦੀਆਂ ਜੜ੍ਹਾਂ ਮਿੱਟੀ ਦੀ ਉੱਪਰਲੀ ਉਪਜਾਊ ਪਰਤ ਨੂੰ ਜਕੜ ਕੇ ਰੱਖਦੀਆਂ ਹਨ ਰੁੱਖ ਫੁੱਟੇ ਜਾਣ ਨਾਲ ਇਹ ਉਪਜਾਊ ਪਰਤ ਭੋਲੀ ਹੋ ਜਾਂਦੀ ਹੈ ਅਤੇ ਹੜ੍ਹਾਂ ਦੇ ਤੇਜ਼ ਵਗਦੇ ਪਾਣੀ ਨਾਲ ਇਹ ਆਸਾਨੀ ਨਾਲ ਵਹਿ ਜਾਂਦੀ ਹੈ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਇਸ ਨੂੰ ਭੌਂਖੋਰ ਕਹਿੰਦੇ ਹਨ ਉਹ ਜ਼ਮੀਨ ਜਿਸ ਦੀ ਮਿੱਟੀ ਜੋਗ ਦੀ ਉਪਜਾਊ ਹੁੰਦੀ ਸੀ ਹੌਲੀ ਹੌਲੀ ਮਾਰੂਥਲ ਵਿੱਚ ਬਦਲ ਜਾਂਦੀ ਹੈ ਇਸ ਨੂੰ ਮਾਰੂਥਲੀਕਰਨ ਆਖਦੇ ਹਨ ਦੁਨੀਆ ਦੇ ਅੱਧ ਤੋਂ ਜ਼ਿਆਦਾ ਗਰਮ ਜੰਗਲ ਪਹਿਲਾਂ ਹੀ ਤਬਾਹ ਹੋ ਚੁੱਕੇ ਹਨ ਤੇ ਹੁਣ ਵੀ ਹੋ ਰਹੇ ਹਨ ਅਤੇ ਉਹਨਾਂ ਨੂੰ ਮੁੜ ਸਥਾਪਿਤ ਕਰਨ ਵਿੱਚ 100 ਸਾਲ ਲੱਗਣਗੇ ਹੁਣ ਸਿਰਫ 30% ਜ਼ਮੀਨ ਜੰਗਲਾਂ ਦੇ ਕਬਜ਼ੇ ਹੇਠ ਹੈ ਕੁਦਰਤ ਅਤੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਅਤੇ ਪ੍ਰਦੂਸ਼ਣ ਰੋਕਣ ਲਈ ਜੰਗਲ ਬਹੁਤ ਜ਼ਰੂਰੀ ਹਨ ਜੇਕਰ ਕੁਦਰਤੀ ਦਿੱਖ ਵਿੱਚ ਮਨੁੱਖ ਦੀ ਇਸੇਦਾਰਨਾ ਦਖਲਅੰਦਾਜ਼ੀ ਜਾਰੀ ਰਹੀ ਤਾਂ ਜਲਦੀ ਹੀ ਉਸਦੀ ਆਪਣੀ ਹੋਂਦ ਖਤਰੇ ਵਿੱਚ ਪੈ ਜਾਵੇਗੀ। ਜੰਗਲਾਂ ਨੂੰ ਸੰਭਾਲਨ ਅਤੇ ਜੀਵ-ਪਿੰਤਾ ਕਾਇਮ ਰੱਖਣ ਲਈ ਮਨੁੱਖ ਨੂੰ ਆਪਣੀਆਂ ਜੰਗਲ ਵਿਰੋਧੀ ਕਾਰਵਾਈਆਂ ਤੇ ਹੋਂਦ ਤੋਂ ਹੀ ਠਲ ਪਾਉਣੀ ਚਾਹੀਦੀ ਹੈ। ਚੰਨ, ਸਿਤਾਰੇ, ਬੜੇ ਪਿਆਰੇ ਬੱਦਲ, ਰੁੱਖ, ਪਰਬਤਾਂ, ਆਪਣੇ-ਆਪ ਨੇ ਬਦਲੀ ਜਾਂਦੇ ਸੁੰਦਰ ਦਿਨ ਤੇ ਰਾਤਾਂ, ਫੁੱਲ, तितਲੀਆਂ, ਮਧੂਮੱਖੀਆਂ, ਜੰਗਲ ਅਤੇ ਪਹਾੜ ਕਿਦਰੇ ਉਗੀ ਹਰਿਆਲੀ ਤੇ ਕਿਦਰੇ ਘੋੜ ਉਜਾੜ ਨਦੀਆਂ ਪੰਛੀ ਪਸ਼ੂ ਪਰਿੰਦੇ ਬੜਾ ਵਿਸ਼ਾਲ ਸਮੁੰਦਰ ਕਿਦਰੇ ਨੇੜਾ ਕਿਦਰੇ ਚਾਨਣ ਸੂਰਜ ਬੜਾ ਕਲੰਦਰ ਸੋਹਣ ਸੁਨਹਿਰੀ ਕਰਨਾ ਲੈ ਕੇ ਇਹ ਆਉਂਦਾ ਜਾਂਦਾ ਨਾਚ ਕਰੇ ਫਿਰ ਸਾਰੀ ਦੁਨੀਆ ਜਿੱਦਾਂ ਉਹ ਨਚਾਉਂਦਾ